ਹੁੰਦਾ ਸੀ ਕਿ ਹੁਣ ਤਾਂ ਡਿਸਕ ਖੇਲਣ ਤੋਂ ਬਾਅਦ ਅਵਤਾਰ ਉੱਠ ਨਹੀਂ ਸਕਦਾ, ਤੁਰ ਨਹੀਂ ਸਕਦਾ, ਅਵਤਾਰ ਨੇ ਤਾਂ ਜਿੱਤ ਕੇ ਛੰਮਣਾਂ ਦੇ ਛੰਮਣ ਲਗਾ ਦਿੱਤੇ ਮੈਡਲਾਂ ਦੇ। ਕੀ ਹੋਏ ਸੀ ਉਹ ਘਟਨਾ ਬਾਰੇ? ਜੀ ਸਰ, ਮੈਂ ਜਿੰਮ 'ਚ ਨਾ ਵਰਕਆਊਟ ਕਰ ਰਿਹਾ ਸੀ ਅਤੇ ਵਰਕਆਊਟ ਕਰਦੇ ਕਰਦੇ ਡੈਡ ਲਿਫਟ ਐਕਸਲ ਲਾਉਂਦੇ ਹੋਏ ਮੇਰੇ ਥੋੜ੍ਹੀ ਜਿਹੀ ਡਿਸਕ ਹਿੱਲ ਗਈ ਸੀਗੀ, ਅਤੇ ਡਿਸਕ ਤੋਂ ਹਿੱਲਣ ਤੋਂ ਬਾਅਦ ਫਿਰ ਕੁਛ ਐਸਾ ਹੋਇਆ ਕਿ ਮੈਂ ਤੁਰਨ ਲਾਇਕ ਨਹੀਂ ਰਿਹਾ ਅਤੇ ਮੈਂ ਬੈਠਦੇ ਹੀ ਰਿਹਾ। ਜਿੱਦਾਂ ਮਸ਼ੀਨ ਦਾ ਇੱਕ ਪੁਰਜੇ ਨੂੰ ਜੰਗ ਲੱਗੀ ਹੁੰਦੀ ਹੈ ਜੀ, ਉਹ ਖੜ ਗਿਆ ਜੀ, ਉਵੇਂ ਹੀ ਮੇਰੀ ਜ਼ਿੰਦਗੀ ਜੀ ਅੜਕ ਗਈ। ਅਤੇ ਫਿਰ ਮੈਂ ਜੀ 2016 ਪੂਰਾ ਬੈੱਡ 'ਤੇ ਲੰਘਾਇਆ ਜੀ। ਫਿਰ ਮੇਰੇ ਮੰਮੀ ਨੇ ਕਿਹਾ ਕਿ ਜ਼ਿੰਦਗੀ ਬਹੁਤ ਲੰਬੀ ਆ, ਅਵਤਾਰ ਤੋਂ ਇੱਦਾਂ ਕਿੱਦਾਂ ਲੰਘਾਏਗਾ ਪੁੱਤ, ਉੱਠਾ ਥੋੜ੍ਹੀ ਜਿਹੀ ਹਿੰਮਤ ਕਰ। ਫਿਰ ਜੀ 2017 ਵਿੱਚ ਮੈਂ ਡੰਡਾ ਲੈ ਕੇ ਥੋੜ੍ਹਾ ਜਿਹਾ ਤੁਰਨਾ ਸਟਾਰਟ ਕਰਿਆ, ਡੰਡੇ ਦੀ ਮਦਦ ਨਾਲ ਬਹਿਣਾ ਸਟਾਰਟ ਕਰਿਆ। ਇੰਨੇ ਮੈਡਲ ਜਿੱਤਣ ਤੋਂ ਬਾਅਦ ਨੌਕਰੀ ਮਿਲ ਜਾਣਾ ਤਾਂ ਇੱਕ ਸੁਭਾਵਿਕ ਗੱਲ ਸੀ, ਪਰ ਹੁਣ ਵੀ ਘਰ ਬੈਠੇ ਹੋ, ਕੀ ਬੀਤਿਆ? ਕੀ ਇੱਕ ਸਾਲ ਵਿੱਚ 150 ਮੈਰਾਥਨਾਂ ਭੱਜੀਆਂ, ਜੋ ਕਿ ਇੰਡੀਆ ਬੁੱਕ ਆਫ ਰਿਕਾਰਡ 'ਚ ਮੇਰਾ ਨਾਮ ਦਰਜ ਹੋਇਆ ਜੀ। ਉਸਨੂੰ ਦੇਖਦੇ ਹੋਏ ਜੀ ਮੈਨੂੰ ਫਿਰ ਸਾਡੇ ਮਾਣਯੋਗ ਸਪੋਰਟਸ ਮਿਨਿਸਟਰ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੇ ਅਵਾਰਡ ਆਫ ਓਨਰ ਕਰਿਆ ਕਿ ਪੰਜਾਬ ਦਾ ਨਾਮ ਰੋਸ਼ਨ ਕਰਿਆ ਮੈਂ। ਜਿੰਨੇ ਆਪਣੇ ਮੌਜੂਦਾ ਅਫਸਰ ਸੀਗੇ ਸਾਰਿਆਂ ਨੇ ਅਵਾਰਡ ਆਫ ਓਨਰ ਦਾ ਕੀਤਾ ਜੀ ਸਾਡੇ 'ਤੇ, ਬਟ ਜੀ ਨੌਕਰੀ ਦੀ ਕਿਸੇ ਮੈਨੂੰ ਪੇਸ਼ਕਸ਼ ਨਹੀਂ ਕਰੀ ਜੀ। ਫੈਮਿਲੀ ਬੈਕਗ੍ਰਾਊਂਡ ਕੀ ਹੈ? ਕਈ ਜਗ੍ਹਾ 'ਤੇ ਤੁਸੀਂ ਪਹੁੰਚ ਜਾਂਦੇ ਹੋ, ਕੰਨਿਆਕੁਮਾਰੀ ਤੋਂ ਕਸ਼ਮੀਰ ਤੋਂ ਲੈ ਕੇ ਹਰ ਕੋਨੇ 'ਤੇ ਮੈਰਾਥਨ ਲਗਾਉਣ ਦੇ ਲਈ, ਫਿਰ ਖਰਚਾ ਕਿੱਦਾਂ ਮੈਨੇਜ ਹੁੰਦਾ ਹੈ, ਫੈਮਿਲੀ ਕਿਸ ਤਰ੍ਹਾਂ ਔਰ ਕਿਸ ਤਰ੍ਹਾਂ ਹੋ ਪਾਉਂਦਾ ਹੈ, ਕੀ ਕਹਿਣਾ ਚਾਹੋਗੇ ਸਰਕਾਰ? ਦੇਖੋ ਜੀ, ਮੈਂ ਤਾਂ ਬਚਪਨ 'ਚ ਹੀ ਜਦੋਂ ਮੈਂ ਛੋਟਾ ਸੀ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਜੀ, ਉਸ ਤੋਂ ਬਾਅਦ ਕਾਫੀ ਜ਼ਿੰਦਗੀ ਸੰਘਰਸ਼ ਭਰੀ ਰਹੀ ਜੀ। ਹੁਣ ਵੀ ਦੇਖੋ ਜੀ, ਮੇਰੇ ਮੰਮੀ ਨੂੰ ਪੈਨਸ਼ਨ ਮਿਲਦੀ ਹੈ ਅਤੇ ਮੈਂ ਜੀ ਜਿੰਮ 'ਚ ਇੱਕ ਟ੍ਰੇਨਰ ਦੀ ਜੋਬ ਕਰਦਾ ਹੈ, ਅਤੇ ਜੋ ਜੀ ਉਹ 'ਤੇ ਉਹਦੇ 'ਚੋਂ ਬਣਦਾ ਹੈ ਆਪਣਾ ਖਰਚਾ ਮੈਂ ਖੁਦ ਹੀ ਕਰਦਾ ਜੀ। ਬਾਕੀ ਕੁਛ ਮੇਰੇ ਮਿੱਤਰ ਸੱਜਣ ਨੇ ਜਿਹੜੇ ਮੇਰੀ ਕੋਈ ਫਲਾਈਟ ਦੀ ਬੁਕਿੰਗ ਕਰਾ ਦਿੰਦਾ ਜੀ, ਕਿਤੇ ਹੋਟਲ 'ਚ ਰਹਿਣਾ ਹੋਵੇ ਕੋਈ ਹੋਟਲ ਦੀ ਬੁਕਿੰਗ ਕਰਾ ਦਿੰਦਾ ਜੀ। ਇੱਕ ਬੱਚਾ ਜੀ ਮੇਰਾ, ਸੋ ਜੀ ਮਦਰ ਨੇ, ਮਦਰ ਦੀ ਜ਼ਿੰਮੇਵਾਰੀ ਹੈ ਮੇਰੇ ਸਿਰ 'ਤੇ, ਅਤੇ ਜੀ ਸਰਕਾਰ ਤੋਂ ਮੇਰੀ ਇਹੀ ਮੰਗ ਹੈ ਕਿ ਮੈਨੂੰ ਥੋੜ੍ਹਾ ਜਿਹਾ ਹੁੰਗਾਰਾ ਦਿੱਤਾ ਜਾਵੇ ਤਾਂ ਕਿ ਮੈਂ ਆਪਣੇ ਪੰਜਾਬ ਦਾ, ਆਪਣੇ ਇੰਡੀਆ ਦਾ ਨਾਮ ਇੰਟਰਨੈਸ਼ਨਲ ਲੈਵਲ 'ਤੇ ਮੈਂ ਜਾ ਕੇ ਆਪਣਾ ਮੈਡਲ ਲੈ ਕੇ ਆਵਾਂ ਜੀ ਇੰਡੀਆ ਲਈ। ਇੱਕ ਮੈਰਾਥਨ 'ਤੇ ਮੈਂ ਬਾਬਾ ਫੌਜਾ ਸਿੰਘ ਜੀ ਨੂੰ ਮਿਲਿਆ, ਜਿਹੜੇ ਵਰਲਡ ਦੇ ਸਭ ਤੋਂ ਓਲਡੈਸਟ ਮੈਰਾਥਨ ਨੇ, ਉਹਨਾਂ ਦਾ ਆਸ਼ੀਰਵਾਦ ਔਰ ਉਹਨਾਂ ਦੇ ਹੱਥੋਂ ਮੈਡਲ ਲੈਣ ਦਾ ਮੈਨੂੰ ਸੁਭਾਗ ਮਿਲਿਆ ਜੀ। ਅਨੰਦਪੁਰ ਸਾਹਿਬ ਮੈਂ ਵਿਸਾਖੀ ਮੈਰਾਥਨ ਹੋਈ ਸੀ। ਏਸ਼ੀਆ 'ਚ ਲਾ ਲਓ ਜਾਂ ਹੁਣ ਦੇਖੋ ਜੀ ਇੰਡੀਆ 'ਚ ਲਾ ਲਓ ਜਾਂ ਪੰਜਾਬ 'ਚ, ਆਪਣਾ ਇੱਕ ਮੈਂ ਹੀ ਇਕਲੌਤਾ ਅਥਲੀਟ ਹੈ ਜਿਹੜਾ ਹਰ ਹਫ਼ਤੇ ਇੱਕ ਮੈਰਾਥਨ ਕਰ ਰਿਹਾ ਹੈ, ਵਰਚੁਅਲੀ ਕਹਿ ਲਓ, ਕੋਵਿਡ ਕਰਕੇ ਜਾਂ ਫਿਰ ਜਾਂ ਫਿਰ ਓਫੀਸ਼ੀਅਲੀ ਕਹਿ ਲਓ ਜੀ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਬਿਲਕੁਲ, ਅੱਜ ਤੁਹਾਨੂੰ ਇੱਕ ਐਸੇ ਨੌਜਵਾਨ ਨਾਲ ਮਿਲਾਉਂਦੇ ਹਾਂ, ਉਮਰ ਸਿਰਫ 35 ਸਾਲ, ਅਤੇ 2016 ਦੇ ਵਿੱਚ ਕੁਛ ਐਸੀ ਕੁਦਰਤ ਦੀ ਮਾਰ ਪਈ ਜਦੋਂ ਆਪਣੇ ਜਿਮ ਦੇ ਵਿੱਚ ਨੌਜਵਾਨ ਮਿਹਨਤ ਕਰ ਰਿਹਾ ਸੀ, ਵਰਕਆਊਟ ਕਰ ਰਿਹਾ ਸੀ, ਉਸ ਵਕਤ ਹੈਵੀ ਵੇਟ ਚੁੱਕਣ ਦੇ ਨਾਲ ਉਸਦੀ ਡਿਸਕ ਸਲਿੱਪ ਕਰ ਜਾਂਦੀ ਹੈ ਅਤੇ ਡਾਕਟਰਾਂ ਵੱਲੋਂ ਇਹ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਹੁਣ ਦੌੜਨਾ ਭੱਜਣਾ ਜਿੰਮ ਕਰਨਾ ਤਾਂ ਦੂਰ ਦੀ ਗੱਲ ਹੈ, ਤੁਰਨਾ ਵੀ ਤੁਹਾਡੇ ਲਈ ਮੁਸ਼ਕਲ ਹੋਏਗਾ। ਪਰ ਅਰਮਾਨ ਉਸ ਨੌਜਵਾਨ ਦੇ ਵਿੱਚ ਵੱਡੇ ਸੀ, ਉਮੰਗ ਵੱਡੀ ਸੀ। ਚੰਦ ਹੀ ਮਹੀਨਿਆਂ ਦੇ ਵਿੱਚ ਉਸਨੇ ਠਾਣ ਲਈ, ਇੱਕ ਸਾਲ ਵੀਲਚੇਅਰ ਪੈਣ ਤੋਂ ਬਾਅਦ, ਕਿ ਮੈਂ ਉੱਠਣਾ ਹੈ, ਉੱਠ ਕੇ ਚੱਲਣਾ ਹੈ, ਚੱਲ ਕੇ ਫਿਰ ਦੌੜਨਾ ਹੈ, ਦੌੜਨ ਤੋਂ ਬਾਅਦ ਆਪਣੇ ਜ਼ਿੰਦਗੀ ਦੇ ਸਾਰੇ ਅਰਮਾਨ ਪੂਰੇ ਕਰਨੇ ਆ। ਹੁਣ ਹਾਲਾਤ ਇਹ ਹੈ ਕਿ 2018 ਤੋਂ ਉਸਨੇ ਆਪਣਾ ਦੁਬਾਰਾ ਜ਼ਿੰਦਗੀ ਦਾ ਸਫ਼ਰ ਕੀਤਾ, ਪੂਰੇ ਹਿੰਦੁਸਤਾਨ ਵਿੱਚ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਕਿਤੇ ਵੀ ਮੈਰਾਥਨ ਹੋਵੇ, ਦੌੜ ਹੋਵੇ, ਉਸ ਵਿੱਚ ਪਾਰਟੀਸਪੇਟ ਕੀਤਾ। ਔਰ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ, 1-2-3 ਨਹੀਂ, ਸੈਂਕੜੇ ਮੈਡਲ ਜਿੱਤ ਲਏ ਨੇ, ਲਿਮਕਾ ਬੁੱਕ ਆਫ ਰਿਕਾਰਡ ਵੀ ਜਿੱਤ ਲਿਆ, ਹੁਣ ਗਿਨੀਜ਼ ਬੁੱਕ ਆਫ ਰਿਕਾਰਡ ਦੀ ਵਾਰੀ 'ਤੇ ਹੈ। 2022 ਲਈ ਐਪਲੀਕੇਬਲ ਹੋਣ ਦੇ ਲਈ ਅਪਲਾਈ ਕਰ ਦਿੱਤਾ, ਸੋ ਤੁਹਾਨੂੰ ਮਿਲਾਉਂਦੇ ਹਾਂ ਜ਼ਿਆਦਾ ਗੱਲਬਾਤ ਨਾ ਕਰਦੇ ਹੋਏ ਅਵਤਾਰ ਸਿੰਘ ਭਾਟੀਆ ਦੇ ਨਾਲ। ਅਵਤਾਰ ਜੀ, ਸਵਾਗਤ ਹੈ ਡੇਲੀ ਪੋਸਟ ਪੰਜਾਬੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ।
ਡਾਕਟਰਾਂ ਨੇ ਆਖ ਦਿੱਤਾ ਸੀ ਕਿ ਹੁਣ ਤਾਂ ਡਿਸਕ ਖਿੱਲਣ ਤੋਂ ਬਾਅਦ ਅਵਤਾਰ ਉੱਠ ਨਹੀਂ ਸਕਦਾ, ਤੁਰ ਨਹੀਂ ਸਕਦਾ। ਅਵਤਾਰ ਨੇ ਤਾਂ ਜਿੱਤ ਕੇ ਛੰਮਣਾਂ ਦੇ ਛੰਮਣ ਲਗਾ ਦਿੱਤੇ ਮੈਡਲਾਂ ਦੇ। ਕੀ ਹੋਇਆ ਸੀ ਉਹ ਘਟਨਾ ਬਾਰੇ ਥੋੜ੍ਹੀ ਜਾਣਕਾਰੀ? ਜੀ ਸਰ, ਮੈਂ ਜਿਮ 'ਚ ਨਾ ਵਰਕਆਊਟ ਕਰ ਰਿਹਾ ਸੀ ਅਤੇ ਵਰਕਆਊਟ ਕਰਦੇ ਕਰਦੇ ਡੈਡ ਲਿਫਟ ਐਕਸਾਈਜ਼ ਲਾਉਂਦੇ ਹੋਏ ਮੇਰੇ ਥੋੜ੍ਹੀ ਜਿਹੀ ਡਿਸਕ ਹਿੱਲ ਗਈ ਸੀਗੀ ਅਤੇ ਡਿਸਕ ਤੋਂ ਹਿੱਲਣ ਤੋਂ ਬਾਅਦ ਫਿਰ ਕੁਛ ਐਸਾ ਹੋਇਆ ਕਿ ਮੈਂ ਤੁਰਨ ਲਾਇਕ ਨਹੀਂ ਰਿਹਾ ਅਤੇ ਮੈਂ ਬੈਠਦੇ ਹੀ ਰਿਹਾ 6 ਮਹੀਨੇ। ਉਸ ਤੋਂ ਬਾਅਦ ਸਰ ਫਿਰ ਮੈਂ ਵੀਲ ਚੇਅਰ 'ਤੇ ਆ ਗਿਆ ਹੌਲੀ ਹੌਲੀ। ਆਪਾਂ ਵੀਲ ਚੇਅਰ 'ਤੇ ਰਹੇ ਔਰ ਰੋਜ਼ ਜਿੰਮ ਜਾਣ ਵਾਲਾ ਨੌਜਵਾਨ ਜਿਹਨੂੰ ਫਿਰ ਵੀਲ ਚੇਅਰ 'ਤੇ ਬੈਠਣਾ ਪੈ ਜਾਂਦਾ, ਉਹ ਸਮੇਂ ਬਾਰੇ ਥੋੜ੍ਹਾ ਹਾਲਾਤ ਕੀ ਬਣੇ? ਬਸ ਜੀ, ਉਸ ਟਾਈਮ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਜਿੱਦਾਂ ਮਸ਼ੀਨ ਦਾ ਇੱਕ ਪੁਰਜੇ ਨੂੰ ਜੰਗ ਲੱਗੀ ਹੁੰਦੀ ਹੈ ਜੀ, ਉਹ ਖੜ ਗਿਆ ਜੀ, ਉਵੇਂ ਹੀ ਮੇਰੀ ਜ਼ਿੰਦਗੀ ਜੀ ਅੜਕ ਗਈ। ਅਤੇ ਫਿਰ ਮੈਂ ਜੀ 2016 ਪੂਰਾ ਬੈੱਡ 'ਤੇ ਲੰਘਾਇਆ ਜੀ। ਫਿਰ ਮੇਰੇ ਮੰਮੀ ਨੇ ਕਿਹਾ ਕਿ ਜ਼ਿੰਦਗੀ ਬਹੁਤ ਲੰਬੀ ਆ, ਅਵਤਾਰ ਤੋਂ ਇੱਦਾਂ ਕਿੱਦਾਂ ਲੰਘਾਏਗਾ ਪੁੱਤ, ਉੱਠਾ ਥੋੜ੍ਹੀ ਜਿਹੀ ਹਿੰਮਤ ਕਰ। ਫਿਰ ਜੀ 2017 ਵਿੱਚ ਮੈਂ ਡੰਡਾ ਲੈ ਕੇ ਥੋੜ੍ਹਾ ਜਿਹਾ ਤੁਰਨਾ ਸਟਾਰਟ ਕਰਿਆ, ਡੰਡੇ ਦੀ ਮਦਦ ਨਾਲ ਬਹਿਣਾ ਸਟਾਰਟ ਕਰਿਆ। ਸੋ ਜੀ ਮੈਨੂੰ ਥੋੜ੍ਹਾ ਜਿਹਾ, ਮੈਂ ਤੁਰਨ ਫਿਰਨ ਲੱਗ ਗਿਆ, ਥੋੜ੍ਹਾ ਯੋਗਾ ਕਰਿਆ ਜੀ, ਥੋੜ੍ਹਾ ਜਿਹਾ ਸਟੈਚਿੰਗ ਕਰਨੀ ਸਟਾਰਟ ਕਰੀ ਮੈਂ ਬੋਡੀ ਦੀ, ਅਤੇ ਜੀ ਪਾਰਕ 'ਚ ਜਾ ਕੇ ਥੋੜ੍ਹਾ ਜਿਹਾ ਟਹਿਲਣਾ ਸਟਾਰਟ ਕਰਿਆ ਜੀ। ਉਸ ਤੋਂ ਬਾਅਦ ਫਿਰ ਜੀ ਥੋੜ੍ਹਾ ਬਹੁਤਾ ਮੇਰਾ ਹੌਂਸਲਾ ਵਧਿਆ ਵੀ ਮੈਂ ਹੁਣ ਤੁਰਨ ਲਾਇਕ ਹੋ ਗਿਆ ਜੀ। ਫਿਰ ਮੈਂ ਇੱਕ ਸਾਈਕਲ ਲਿਆ ਜੀ, ਥੋੜ੍ਹੀ ਬਹੁਤੀ ਮੈਂ ਸਾਈਕਲਿੰਗ ਸਟਾਰਟ ਕਰੀ ਜੀ, ਅਤੇ ਸਾਈਕਲ ਕਰਨ ਨਾਲ ਮੇਰੇ ਲਿਗਾਮੈਂਟ ਥੋੜ੍ਹੇ ਜਿਹੇ ਠੀਕ ਹੋ ਗਏ ਜੀ, ਮੇਰਾ ਤੁਰਨਾ ਫਿਰਨਾ ਥੋੜ੍ਹਾ ਜਿਹਾ ਸਟਾਰਟ ਹੋ ਗਿਆ ਜੀ। 2018 ਆ ਗਿਆ ਜੀ, 2018 ਦੇ ਜਨਵਰੀ ਮਹੀਨੇ 'ਚ ਮੈਨੂੰ ਮੇਰੇ ਇੱਕ ਮਿੱਤਰ ਨੇ ਤਰੁਣ ਸ਼ਰਮਾ ਜੀ, ਉਹਨਾਂ ਨੇ ਦੱਸਿਆ ਕਿ ਅਵਤਾਰ ਕਿ ਇੱਕ ਜਿਮ ਕਿ ਇੱਕ ਮੈਰਾਥਨ ਦੀ ਦੌੜ ਹੁੰਦੀ ਹੈ, ਤੂੰ ਉਹਦੇ ਵਿੱਚ 1 ਕਿਲੋਮੀਟਰ ਜਾਂ 2 ਕਿਲੋਮੀਟਰ ਲਈ ਟਰਾਈ ਕਰ ਸਕਦਾ ਹੈ। ਅਤੇ ਮੈਂ ਕਿਹਾ ਚਲੋ ਠੀਕ ਹੈ, ਮੈਂ ਇੱਕ ਮੈਨੂੰ ਖੇਡਾਂ ਦਾ ਸ਼ੌਂਕ ਤਾਂ ਜੀ ਬਚਪਨ ਤੋਂ ਹੀ ਸੀਗਾ, ਚਲੋ ਮੈਂ ਕਿਹਾ ਵੀ ਚਲੋ ਮੈਂ 1 ਕਿਲੋਮੀਟਰ 2 ਕਿਲੋਮੀਟਰ ਰੇਸ ਜਾਂ 5 ਕਿਲੋਮੀਟਰ ਕਰ ਲੂੰਗਾ ਵੀ ਚਲੋ ਮੇਰਾ ਹੌਂਸਲਾ ਥੋੜ੍ਹਾ ਜਿਹਾ ਵਧੇਗਾ। ਠੀਕ ਹੋਏ ਦੁਬਾਰਾ, ਆਪਾਂ ਦੁਬਾਰਾ ਜਦੋਂ ਕੋਸ਼ਿਸ਼ ਕਰੀ ਡੰਡੇ ਨਾਲ ਉੱਠ ਕੇ ਤੁਰੇ, ਤੁਰ ਕੇ ਫਿਰ ਹਲਕਾ ਹਲਕਾ ਦੌੜੇ, ਅਤੇ ਪਹਿਲੀ ਫਿਰ ਦੁਬਾਰਾ ਉਸ ਤੋਂ ਬਾਅਦ ਜੋ ਅਚੀਵਮੈਂਟ ਸੀ ਜਾਂ ਮੈਰਾਥਨ ਕਿੱਥੇ ਲਗਾਈ ਸੀ? 11 ਫਰਵਰੀ 2018 ਨੂੰ ਚੰਡੀਗੜ੍ਹ ਵਿਖੇ ਥ੍ਰਿਲ ਜੋਲ ਦੁਬਾਰਾ ਨਾ ਪੰਜਾਬ ਹਾ ਮੈਰਾਥਨ ਹੋਈ ਸੀਗੀ। ਸੋ ਜਿਹੜੀ ਨਸ਼ਿਆਂ ਦੇ ਖਿਲਾਫ ਸੀ ਜੀ, ਉਹੀ ਮੇਰੀ ਪਹਿਲੀ ਮੈਰਾਥਨ ਸੀਗੀ। ਸੋ ਮੈਂ ਉਹਦੀ ਉਹ ਗੱਲ ਕਰ ਰਿਹਾ ਸੀ ਕਿ ਉਹਦੀ ਮੈਂ ਤਿਆਰੀ ਤਾਂ ਕਰ ਰਿਹਾ ਸੀ 2 ਕਿਲੋਮੀਟਰ ਦੀ ਕਿ ਮੈਂ 2 ਕਿਲੋਮੀਟਰ ਤੁਰ ਲਵਾਂ ਜਾਂ 5 ਕਿਲੋਮੀਟਰ ਭੱਜ ਲਵਾਂ, ਪਰ ਜੀ ਕੁਛ ਐਸੀ ਪਰਮਾਤਮਾ ਦੀ ਬਖਸ਼ਿਸ਼ ਹੋਈ ਜਾਂ ਤੁਸੀਂ ਕਹਿ ਲਓ ਵੀ ਮੇਰੀ ਪ੍ਰੈਕਟਿਸ ਇੰਨੀ ਵਧੀਆ ਹੋ ਗਈ ਸੀ ਕਿ ਮੈਂ ਉਹ 21 ਕਿਲੋਮੀਟਰ ਦੀ ਹਾਫ ਮੈਰਾਥਨ ਨੂੰ 1 ਘੰਟਾ 58 ਮਿੰਟ ਵਿੱਚ ਹੀ ਪੂਰਾ ਕਰ ਦਿੱਤਾ। ਔਰ ਇੰਨਾ ਬੈਸਟ ਰਿਜ਼ਲਟ ਆਇਆ ਕਿ ਜੀ ਮੇਰਾ ਹੌਂਸਲਾ ਉਸ ਤੋਂ ਬਾਅਦ ਫਿਰ ਨੱਪਿਆ ਹੀ ਨਹੀਂ ਹੈਗਾ ਜੀ। ਮੈਂ ਫਿਰ ਭੱਜਦਾ ਹੀ ਰਿਹਾ ਜੀ। ਫਿਰ ਮੈਂ ਜੰਮੂ ਕਸ਼ਮੀਰ ਤੋਂ ਗਿਆ ਜੀ, ਉੱਥੇ ਮੈਰਾਥਨ ਕਰੀ, ਉਸ ਤੋਂ ਬਾਅਦ ਜੀ ਆਪਣੇ ਪੰਜਾਬ, ਹਰਿਆਣਾ, ਦਿੱਲੀ, ਫਿਰ ਜੀ ਉਸ ਤੋਂ ਬਾਅਦ ਮੈਂ ਯੂਪੀ ਗਿਆ, ਰਾਜਸਥਾਨ, ਗੁਜਰਾਤ, ਆਂਧਰਾ ਪ੍ਰਦੇਸ਼ ਹੁੰਦੇ ਹੋਏ ਮਹਾਰਾਸ਼ਟਰ, ਸਾਰੇ ਹੀ ਫਿਰ ਮੈਂ ਇੰਡੀਆ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਮੈਂ ਮੈਰਾਥਨ ਨਾ ਕਰੀ ਹੋਵੇ ਜੀ। ਬਿਲਕੁਲ, ਅਵਤਾਰ ਨਾਲ ਗੱਲਬਾਤ ਕਰਾਂਗੇ। ਤਸਵੀਰਾਂ ਵਰਨ ਦਿਖਾ ਰਿਹਾ ਤੁਹਾਨੂੰ ਸਕਰੀਨ, ਤੁਸੀਂ ਦੇਖ ਸਕਦੇ ਹੋ ਦੀਵਾਰ ਉੱਤੇ 1, 2, 3 ਨਹੀਂ ਸੈਂਕੜੇ ਹੀ ਮੈਡਲ ਨਜ਼ਰ ਆ ਰਹੇ ਨੇ। ਉਸ ਤੋਂ ਬਾਅਦ ਸਰਟੀਫਿਕੇਟ ਹੈ ਜਿਹੜੇ ਇਹਨਾਂ ਨੇ ਅਚੀਵਮੈਂਟਸ ਕੀਤੀ ਆ, ਬੇਸ਼ੱਕ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ, ਬੇਸ਼ੱਕ ਲਿਮਕਾ ਬੁੱਕ ਆਫ ਰਿਕਾਰਡ ਦੇ ਵਿੱਚ ਇਹਨਾਂ ਨੂੰ ਚੈਨਿਤ ਕੀਤਾ ਗਿਆ। ਤੁਹਾਡੇ ਸਾਹਮਣੇ ਆ ਤਸਵੀਰਾਂ ਅਵਤਾਰ। ਉਸ ਤੋਂ ਬਾਅਦ ਆਪਾਂ ਫਿਰ ਪ੍ਰਸ਼ਾਸਨ ਕੋਲ ਵੀ ਪਹੁੰਚੇ, ਉਹਨਾਂ ਨੇ ਵੀ ਤੁਹਾਨੂੰ ਇਨਕਰੇਜ ਕੀਤਾ, ਅਤੇ ਇੰਨੇ ਮੈਡਲ ਜਿੱਤਣ ਤੋਂ ਬਾਅਦ ਨੌਕਰੀ ਮਿਲ ਜਾਣਾ ਤਾਂ ਇੱਕ ਸੁਭਾਵਿਕ ਗੱਲ ਸੀ, ਪਰ ਹੁਣ ਵੀ ਘਰ ਬੈਠੇ ਹੋ, ਕੀ ਬੀਤਿਆ, ਕੀ ਕਿਸੇ ਨੇ ਸੁਣਵਾਈ ਨਹੀਂ ਕੀਤੀ? ਦੇਖੋ ਜੀ, ਜਦੋਂ ਮੈਂ ਆਪਣਾ ਮੇਰਾ ਰਿਕਾਰਡ ਰਜਿਸਟਰ ਹੋਇਆ ਜੀ, 1 ਸਾਲ ਵਿੱਚ ਸਭ ਤੋਂ ਜ਼ਿਆਦਾ ਮੈਰਾਥਨ ਭੱਜਣ ਵਾਲਾ ਮੈਂ ਅਥਲੀਟ ਬਣਿਆ ਜੀ, ਕੁੱਲ 175। ਮੈਂ ਜੀ ਜਦੋਂ ਮੈਂ 2018 ਵਿੱਚ ਹੀ ਜਦੋਂ ਮੈਂ ਸਟਾਰਟ ਕਰੀ ਰਨਿੰਗ, ਉਸ ਤੋਂ ਬਾਅਦ ਮੈਂ ਰੁਕਿਆ ਨਹੀਂ ਜੀ। ਫਿਰ ਜੀ ਮੈਂ 1 ਸਾਲ ਵਿੱਚ 150 ਮੈਰਾਥਨਾਂ ਭੱਜੀਆਂ, ਜੋ ਕਿ ਇੰਡੀਆ ਬੁੱਕ ਆਫ ਰਿਕਾਰਡ 'ਚ ਮੇਰਾ ਨਾਮ ਦਰਜ ਹੋਇਆ ਜੀ। ਉਹਨੂੰ ਦੇਖਦੇ ਹੋਏ ਜੀ ਫਿਰ ਆਪਣੇ ਰੋਪੜ ਦੇ ਸਾਡੇ ਜਿਹੜੇ ਮੌਜੂਦਾ ਅਫਸਰ ਸੀਗੇ ਜੀ, ਉਹਨਾਂ ਨੇ ਮੈਨੂੰ ਅਵਾਰਡ ਆਫ ਓਨਰ ਕਰਿਆ ਜੀ। ਉਸ ਤੋਂ ਬਾਅਦ ਫਿਰ ਮੈਂ 2019 ਵਿੱਚ ਔਰ 2018 ਵਿੱਚ ਕੁੱਲ ਮਿਲਾ ਕੇ 100 ਮੈਰਾਥਨਾਂ ਕਰੀਆ ਪੂਰੇ ਇੰਡੀਆ ਵਿੱਚ ਜੀ। ਉਸਨੂੰ ਦੇਖਦੇ ਹੋਏ ਜੀ ਮੈਨੂੰ ਫਿਰ ਸਾਡੇ ਮਾਣਯੋਗ ਸਪੋਰਟਸ ਮਿਨਿਸਟਰ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੇ ਅਵਾਰਡ ਆਫ ਓਨਰ ਕਰਿਆ ਕਿ ਪੰਜਾਬ ਦਾ ਨਾਮ ਰੋਸ਼ਨ ਕਰਿਆ ਮੈਂ। ਅਤੇ ਜੀ ਉਸ ਤੋਂ ਬਾਅਦ ਫਿਰ ਮੇਰੇ ਰਿਕਾਰਡ ਕਈ ਬਣੇ ਜੀ, ਇੰਡੀਆ ਇੰਟਰਨੈਸ਼ਨਲ ਬੁੱਕ ਆਫ ਵਰਲਡ ਰਿਕਾਰਡ 'ਚ ਮੇਰਾ ਨਾਮ ਆਇਆ ਜੀ। ਅਤੇ ਜੀ ਮੈਨੂੰ ਜਿੰਨੇ ਆਪਣੇ ਮੌਜੂਦਾ ਅਫਸਰ ਸੀਗੇ ਸਾਰਿਆਂ ਨੇ ਅਵਾਰਡ ਆਫ ਓਨਰ ਤਾਂ ਕੀਤਾ ਜੀ ਸਾਡੇ, ਅਤੇ ਬਟ ਜੀ ਨੌਕਰੀ ਦੀ ਕਿਸੇ ਮੈਨੂੰ ਪੇਸ਼ਕਸ਼ ਨਹੀਂ ਕਰੀ ਜੀ। ਮੈਂ ਟਰਾਈ ਵੀ ਮਾਰੀ ਨੌਕਰੀ ਲਈ, ਇੱਕ ਦੋ ਮੈਂ ਅਫਸਰਾਂ ਨੂੰ ਕਿਹਾ ਵੀ, ਬੇਨਤੀ ਵੀ ਕਰੀ ਕਿ ਮੈਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਮੈਂ ਆਪਣਾ ਜਿਹੜਾ ਇੰਡੀਆ ਦਾ ਨਾਮ ਹੈ ਜਾਂ ਆਪਣੇ ਪੰਜਾਬ ਦਾ ਨਾਮ, ਆਪਣੇ ਰੋਪੜ ਦਾ ਨਾਮ ਹੈ, ਉਹ ਇੰਟਰਨੈਸ਼ਨਲ ਲੈਵਲ 'ਤੇ ਵੀ ਜਿਵੇਂ ਬੋਸਟਨ ਜਾਂ ਲੰਡਨ ਮੈਰਾਥਨ 'ਚ ਜਾ ਕੇ ਰੋਸ਼ਨ ਕਰਾਂ,
ਪਰ ਜੀ ਮੇਰੀ ਕਿਸੇ ਨੇ ਇੰਨੀ ਜ਼ਿਆਦਾ ਹੈਲਪ ਨਹੀਂ ਕਰੀ ਜੀ ਉਹਦੇ 'ਚ ਜੀ। ਸਰ ਫੈਮਿਲੀ ਬੈਕਗ੍ਰਾਊਂਡ ਕੀ ਹੈ? ਕਈ ਜਗ੍ਹਾ 'ਤੇ ਤੁਸੀਂ ਪਹੁੰਚ ਜਾਂਦੇ ਹੋ ਕੰਨਿਆਕੁਮਾਰੀ ਤੋਂ ਕਸ਼ਮੀਰ ਤੋਂ ਲੈ ਕੇ ਹਰ ਕੋਨੇ 'ਤੇ ਮੈਰਾਥਨ ਲਗਾਉਣ ਦੇ ਲਈ, ਫਿਰ ਖਰਚਾ ਕਿੱਦਾਂ ਮੈਨੇਜ ਹੁੰਦਾ ਹੈ, ਫੈਮਿਲੀ ਕਿਸ ਤਰ੍ਹਾਂ ਔਰ ਕਿਸ ਤਰ੍ਹਾਂ ਹੋ ਪਾਉਂਦਾ ਹੈ, ਕੀ ਕਹਿਣਾ ਚਾਹੋਗੇ ਸਰਕਾਰ ਦੇ ਇਸ ਰਵੱਈਏ? ਦੇਖੋ ਜੀ, ਮੈਂ ਤਾਂ ਬਚਪਨ 'ਚ ਹੀ ਜਦੋਂ ਮੈਂ ਛੋਟਾ ਸੀ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਜੀ। ਉਸ ਤੋਂ ਬਾਅਦ ਕਾਫੀ ਜ਼ਿੰਦਗੀ ਸੰਘਰਸ਼ ਭਰੀ ਰਹੀ ਜੀ। ਹੁਣ ਵੀ ਦੇਖੋ ਜੀ, ਮੇਰੇ ਮੰਮੀ ਨੂੰ ਪੈਨਸ਼ਨ ਮਿਲਦੀ ਹੈ ਅਤੇ ਮੈਂ ਜੀ ਜਿੰਮ 'ਚ ਇੱਕ ਟ੍ਰੇਨਰ ਦੀ ਜੋਬ ਕਰਦਾ ਹੈ ਅਤੇ ਜੋ ਜੀ ਉਹ ਤੋਂ ਉਹਦੇ 'ਚੋਂ ਬਣਦਾ ਹੈ ਆਪਣਾ ਖਰਚਾ ਮੈਂ ਖੁਦ ਹੀ ਕਰਦਾ ਜੀ। ਬਾਕੀ ਕੁਛ ਮੇਰੇ ਮਿੱਤਰ ਸੱਜਣ ਨੇ ਜਿਹੜੇ ਥੋੜ੍ਹੇ ਬਹੁਤੇ ਮੇਰੀ, ਚਲੋ ਜੇ ਮੇਰੀ ਕਿਤੇ ਮੈਂ ਜਿਵੇਂ ਹੁਣ ਫਲਾਈਟ 'ਚ ਜਾਣਾ ਹੁੰਦਾ, ਮੇਰੀ ਕੋਈ ਫਲਾਈਟ ਦੀ ਬੁਕਿੰਗ ਕਰਾ ਦਿੰਦਾ ਜੀ, ਕਿਤੇ ਹੋਟਲ 'ਚ ਰਹਿਣਾ ਹੋਵੇ ਕੋਈ ਹੋਟਲ ਦੀ ਬੁਕਿੰਗ ਕਰਾ ਦਿੰਦਾ ਜੀ। ਬਸ ਜੀ ਇਹੀ ਹੈ, ਬਾਕੀ ਸਰਕਾਰ ਤੋਂ ਮੇਰੀ ਇਹੀ ਮੰਗ ਹੈ ਜੀ ਕਿ ਮੈਨੂੰ ਜੋਬ ਦਿੱਤੀ ਜਾਵੇ ਜਾਂ ਜਿਹਦੇ ਨਾਲ ਜੀ ਮੈਂ ਆਪਣਾ ਖਰਚਾ ਪਾਣੀ ਪੂਰਾ ਕਰ ਸਕਾਂ, ਆਪਣੇ ਪਰਿਵਾਰ ਨੂੰ ਪਾਲ ਸਕਾਂ। ਇੱਕ ਬੱਚਾ ਜੀ ਮੇਰਾ, ਸੋ ਜੀ ਮਦਰ ਨੇ, ਮਦਰ ਦੀ ਜ਼ਿੰਮੇਵਾਰੀ ਹੈ ਮੇਰੇ ਸਿਰ 'ਤੇ, ਅਤੇ ਜੀ ਸਰਕਾਰ ਤੋਂ ਮੇਰੀ ਇਹੀ ਮੰਗ ਹੈ ਕਿ ਮੈਨੂੰ ਥੋੜ੍ਹਾ ਜਿਹਾ ਹੁੰਗਾਰਾ ਦਿੱਤਾ ਜਾਵੇ ਤਾਂ ਕਿ ਮੈਂ ਆਪਣੇ ਪੰਜਾਬ ਦਾ, ਆਪਣੇ ਇੰਡੀਆ ਦਾ ਨਾਮ ਇੰਟਰਨੈਸ਼ਨਲ ਲੈਵਲ 'ਤੇ ਮੈਂ ਜਾ ਕੇ ਆਪਣਾ ਮੈਡਲ ਲੈ ਕੇ ਆਵਾਂ ਜੀ ਇੰਡੀਆ ਲਈ। ਜਦੋਂ ਡਾਕਟਰਾਂ ਨੇ ਮਨ੍ਹਾ ਕਰ ਦਿੱਤਾ ਸੀ ਕਿ ਉੱਠ ਨਹੀਂ ਸਕਦੇ, ਤੁਰਨਾ ਤਾਂ ਦੂਰ ਦੀ ਗੱਲ ਹੈ ਕਿ ਤੁਸੀਂ ਕਿਸੇ ਹੁਣ ਕੰਮ ਯੋਗੇ ਨਹੀਂ ਰਹੇ, ਫਿਰ ਕਿਆ ਜ਼ਿੰਦਗੀ ਸੋਚਿਆ ਸੀ ਇਸ ਤਰ੍ਹਾਂ ਕਿ ਕਦੀ ਮੈਂ ਉੱਠ ਕੇ ਚੱਲਾਂਗਾ ਔਰ ਇੰਨੇ ਮੈਡਲ ਜਿੱਤ ਲਗਾ? ਕਿੱਦਾਂ ਇਹ ਜੋ ਕਈ ਲੋਕਾਂ ਦੇ ਨਾਲ ਇੱਦਾਂ ਦਾ ਦੁਖਾਂਤ ਬੀਤ ਜਾਂਦਾ, ਉਹਨਾਂ ਲਈ ਕੀ ਮੈਸੇਜ ਹੈ ਔਰ ਕਿੱਦਾਂ ਇਹ ਸੰਭਵ ਹੋ ਪਾਇਆ ਔਰ ਕੀ ਮਹਿਸੂਸ ਹੋ ਰਿਹਾ ਸੀ? ਕਿਸ ਤਰ੍ਹਾਂ ਉੱਠ ਗਏ ਔਰ ਉੱਠ ਕੇ ਦੌੜ ਵੀ ਰਹੇ ਹੋ ਔਰ ਹੁਣ ਵੀ ਅਸੀਂ ਦੇਖਿਆ ਤੁਸੀਂ ਪ੍ਰੈਕਟਿਸ ਕਰਦੇ ਹੋ ਜੀ। ਸੋ ਜੀ ਇਹ MSC ਜੀ ਜਦੋਂ ਮੈਂ ਰਨਿੰਗ ਸਟਾਰਟ ਕਰੀ ਸੀ ਜੀ, ਮੈਨੂੰ ਕਿਸੇ ਸ਼ਖਸ ਨੇ ਇਹ ਕਿਹਾ ਸੀ ਕਿ ਤੇਰੇ ਤੋਂ ਗੱਲ ਨਹੀਂ ਬਣਨੀ ਹੈਗੀ, ਕਿ ਤੂੰ ਕੁਛ ਨਹੀਂ ਕਰ ਸਕਦਾ ਜ਼ਿੰਦਗੀ 'ਚ। ਫਿਰ ਜੀ ਮੈਂ ਜਦੋਂ ਇੱਕ ਮੈਰਾਥਨ 'ਤੇ ਮੈਂ ਬਾਬਾ ਫੌਜਾ ਸਿੰਘ ਜੀ ਨੂੰ ਮਿਲਿਆ, ਜਿਹੜੇ ਵਰਲਡ ਦੇ ਸਭ ਤੋਂ ਓਲਡੈਸਟ ਮੈਰਾਥਨ ਨੇ, ਉਹਨਾਂ ਦਾ ਆਸ਼ੀਰਵਾਦ ਔਰ ਉਹਨਾਂ ਦੇ ਹੱਥੋਂ ਮੈਡਲ ਲੈਣ ਦਾ ਮੈਨੂੰ ਸੁਭਾਗ ਮਿਲਿਆ ਜੀ। ਅਨੰਦਪੁਰ ਸਾਹਿਬ ਪਰ ਮੈਂ ਵਿਸਾਖੀ ਮੈਰਾਥਨ ਹੋਈ ਸੀ ਅਤੇ ਜੀ ਉਹਨਾਂ ਨੇ ਕਿਹਾ ਕਿ ਸ਼ਾਬਾਸ਼ ਪੁੱਤਰਾ, ਤੂੰ ਤਾਂ ਪੰਜਾਬ ਦਾ ਨਾਮ ਰੋਸ਼ਨ ਕਰਤਾ ਅਤੇ ਤੂੰ ਅੱਗੇ ਵੀ ਬਹੁਤ ਜਾਏਗਾ। ਸੋ ਜੀ ਬਾਬਾ ਫੌਜਾ ਸਿੰਘ ਜੀ ਦਾ ਆਸ਼ੀਰਵਾਦ ਮੇਰੇ ਲਈ, ਇਹ ਜਿਹੜੇ ਵਰਡ ਸੀਗੇ ਜੀ, ਜੋ ਉਹਨਾਂ ਦੇ ਸ਼ਬਦ ਸੀਗੇ ਮੇਰੇ ਲਈ ਜੀ, ਇਹ ਬਹੁਤ ਹੌਂਸਲੇ ਲਾਇਕ ਬਹੁਤ ਜ਼ਿਆਦਾ ਜੀ ਮੇਰੇ ਲਈ। ਇਹ ਉਹਨਾਂ ਦੇ ਬਚਨ ਨਾ ਬਹੁਤ ਜ਼ਿਆਦਾ ਉਤਸਾਹ ਮੇਰੇ 'ਚ ਭਰਤਾ ਜੀ ਉਹਨਾਂ ਦੇ ਬਚਨਾਂ ਨੇ। ਤਾਂ ਜੀ ਮੈਂ ਤਾਂ ਦੇਖੋ, ਮੇਰਾ ਸੰਦੇਸ਼ ਤਾਂ ਜੀ ਇਹ ਹੈ ਕਿ ਨੌਜਵਾਨਾਂ ਨੂੰ ਦੇਖੋ ਜੀ, ਮੈਂ ਇੰਨੇ ਆਪਣੇ, ਤੁਸੀਂ ਕਹਿ ਲਓ ਕਿ ਮੈਂ ਇੰਨੇ ਬੁਰੇ ਹਾਲਾਤਾਂ 'ਚੋਂ ਨਿਕਲ ਕੇ ਜੀ, ਬਚਪਨ ਤੋਂ ਹੀ ਮੇਰੀ ਜ਼ਿੰਦਗੀ ਸੰਘਰਸ਼ ਭਰੀ ਰਹੀ ਹੈ, ਤਾਂ ਇੰਨੇ ਸੰਘਰਸ਼ ਭਰੇ ਹਾਲਾਤਾਂ 'ਚੋਂ ਨਿਕਲ ਕੇ ਜੀ ਮੈਂ ਦੇਖੋ 5 ਇੰਟਰਨੈਸ਼ਨਲ ਲੈਵਲ ਦੀਆਂ ਮੈਰਾਥਨਾਂ ਕਰੀ ਆ ਜੀ। ਮੈਂ ਟਾਟਾ ਮੁੰਬਈ ਮੈਰਾਥਨ ਕਰੀ, ਹੈਦਰਾਬਾਦ ਏਅਰਟੈੱਲ ਹੈਦਰਾਬਾਦ ਮੈਰਾਥਨ ਕਰੀ, ਏਅਰਟੈੱਲ ਦਿੱਲੀ ਮੈਰਾਥਨ ਕਰੀ, ਏਜੂ ਬੈਂਕ ਜੈਪੁਰ ਮੈਰਾਥਨ ਕਰੀ। ਸੋ ਜੀ ਮੈਂ ਦੇਖੋ, ਜਦੋਂ ਮੈਂ ਇੱਕ ਸਧਾਰਨ ਪਰਿਵਾਰ 'ਚੋਂ ਨਿਕਲ ਕੇ ਜੀ ਇੰਨੀ ਜ਼ਿਆਦਾ ਸਟਰਗਲ ਕਰਕੇ ਲਾਈਫ 'ਚ ਆਪਣੇ ਪੰਜਾਬ ਲਈ ਜਾਂ ਆਪਣੇ ਇੰਡੀਆ ਲਈ ਇੰਨਾ ਨਾਮ ਕਮਾ ਸਕਦਾ, ਤਾਂ ਜੀ ਮੈਂ ਬਾਕੀ ਵੀ, ਮੇਰੀ ਇਹੀ ਸੰਦੇਸ਼ ਹੈ ਜੀ, ਸਾਰੇ ਮਿਹਨਤ ਕਰੋ, ਆਪਣਾ ਖੇਲਾਂ ਵੱਲ ਥੋੜ੍ਹਾ ਬਹੁਤਾ ਧਿਆਨ ਦਿਓ ਜੀ, ਥੋੜ੍ਹਾ ਬਹੁਤ ਜ਼ਿਆਦਾ ਨਹੀਂ ਹੈਗਾ ਤਾਂ ਆਪਣੀ ਸੈਰ ਕਰਨੀ, ਆਪਣੀ ਸਾਈਕਲਿੰਗ ਹੀ ਸਟਾਰਟ ਕਰੋ ਜੀ। ਬਿਲਕੁਲ ਅਵਤਾਰ, ਅਸੀਂ ਦੇਖਣਾ ਚਾਹਵਾਂਗੇ, ਤੁਸੀਂ ਵਿਦੇਸ਼ਾਂ ਵਿੱਚ ਵੀ ਜੋ ਮੈਰਾਥਨ ਕਈ ਵਾਰ ਅਨਾਊਂਸ ਕੀਤੀ ਜਾਂਦੀ ਹੈ, ਕਰਵਾਉਂਦੇ ਆ ਮੈਰਾਥਨ ਵਿਦੇਸ਼ਾਂ ਵਿੱਚ, ਉਸ ਦੇ ਵਿੱਚ ਇੰਡੀਆ ਵਿੱਚ ਬੈਠ ਕੇ ਹੀ ਅਵਤਾਰ ਹਿੱਸਾ ਵੀ ਲੈਂਦਾ ਹੈ, ਮੈਡਲ ਵੀ ਜਿੱਤਦਾ ਹੈ, ਉਹ ਕਿਸ ਤਰ੍ਹਾਂ ਸੰਭਵ ਹੋ ਜਾ? ਅੱਜ ਕੱਲ੍ਹ ਤਾਂ ਆਧੁਨਿਕ ਯੁੱਗ ਹੈ, ਸੋ ਅਵਤਾਰ ਬਿਲਕੁਲ ਉਹ ਤੁਸੀਂ ਸਿਸਟਮ ਦਿਖਾਓ ਕਿਸ ਤਰ੍ਹਾਂ ਦੇ ਨਾਲ ਉੱਥੇ ਰਿਕਾਰਡ ਹੋ ਜਾਂਦਾ ਕਿ ਅਵਤਾਰ ਕਿੰਨਾ ਦੌੜਿਆ ਜਾਂ ਕਿੰਨਾ ਭੱਜਿਆ, ਉਹ GPS ਸਿਸਟਮ ਜੋ ਤੁਸੀਂ ਆਵਾਜ਼ 'ਤੇ ਲਗਾਇਆ, ਥੋੜ੍ਹਾ ਇਹਦੇ ਬਾਰੇ ਜਾਣਕਾਰੀ। ਜੀ ਸਰ, ਹੁਣ ਅੱਜ ਕੱਲ੍ਹ ਕਿਉਂਕਿ ਕੋਵਿਡ ਕਰਕੇ, ਹਾਂਜੀ ਕਿਉਂਕਿ ਕੋਵਿਡ ਕਰਕੇ ਜੀ, ਦੇਖੋ ਹੁਣ ਕਰੋਨਾ ਕਰਕੇ ਤੁਸੀਂ ਲੋਕਡਾਊਨ ਲੱਗਿਆ ਹੋਇਆ, ਤੁਸੀਂ ਬਾਹਰ ਨਹੀਂ ਭੱਜ ਸਕਦੇ ਜੀ। ਸੋ ਜੀ ਮੈਂ ਇਹ GPS ਵਾਚ ਨਾਲ ਹੀ ਆਪਣਾ ਰਨਿੰਗ ਕਰਦਾ ਜੀ ਰੋਜ਼। ਇਸ ਘੜੀ 'ਚ ਤੁਹਾਡਾ ਜੀ ਮੈਪ ਸਾਰਾ ਨੋਟ ਕਰ ਲੈਂਦੇ, ਤੁਸੀਂ ਕਿੰਨੇ ਕਿਲੋਮੀਟਰ ਭੱਜੇ ਹੋ। ਸੋ ਜੀ ਐਵੇਂ ਤੁਹਾਡੀ ਜਿਹੜੀ ਗਾਰਮਿਨ ਵਾਚ ਹੈ ਜੀ, ਇਹ ਫੋਨ ਨਾਲ ਅਟੈਚ ਹੋ ਜਾਂਦੀ ਹੈ ਅਤੇ ਇੱਥੇ ਤੁਹਾਡਾ ਡਿਸਟੈਂਸ ਆ ਜਾਂਦਾ, ਕੈਲਰੀ ਆ ਜਾਂਦੀ ਹੈ, ਤੁਹਾਡਾ ਮੈਪ ਬਣ ਜਾਂਦਾ ਜਿਵੇਂ ਦੇਖੋ ਸਾਡੇ ਰੋਪੜ ਦਾ, ਇੰਡੀਆ ਦਾ, ਪੰਜਾਬ ਦਾ ਮੈਪ ਹੈ, ਇਹਦੇ 'ਚ ਤੁਹਾਡਾ ਪਤਾ ਲੱਗ ਜਾਂਦਾ ਜੀ ਕਿੱਥੋਂ ਤੁਸੀਂ ਕਿੱਥੋਂ ਰਨਿੰਗ ਸਟਾਰਟ ਕਰੀ ਅਤੇ ਤੁਸੀਂ ਕਿੱਥੇ ਆਪਣਾ ਕਿੱਥੋਂ ਤੱਕ ਭੱਜੇ ਹੋ ਜੀ, ਅਤੇ ਟਾਈਮ ਵੀ ਨਾਲ ਟਾਈਮ, ਤੁਹਾਡੀ ਕੈਲਰੀ ਕਿੰਨੀ ਬਰਨ ਹੋਈ ਹੈ, ਤੁਹਾਡੀ ਹਾਰਟ ਬੀਟ, ਸਾਰਾ ਕੁਝ ਇਹ 'ਚ ਨੋਟ ਹੋ ਜਾਂਦਾ ਹੈ। ਸੋ ਇਹ ਜੀ ਇਹ ਪਰੂਫ ਹੈ ਜੀ, ਜਿਹੜਾ ਮੈਂ ਜਿਵੇਂ ਮੈਂ ਹੁਣ ਕੱਲ੍ਹ ਟੋਰੋਂਟੋ ਇੰਟਰਨੈਸ਼ਨਲ ਮੈਰਾਥਨ ਕਰੀ ਹੈ ਜੀ, ਸੋ ਉਹਨਾਂ ਦੀ ਮੇਲ ਵੀ ਮੈਨੂੰ ਆਈ ਹੈ, ਅਤੇ ਮੇਲ ਦੇ ਉੱਤੇ ਤੁਹਾਨੂੰ ਆਪਣਾ ਸਾਰਾ ਡਾਟਾ ਭੇਜਣਾ ਪੈਂਦਾ ਜੀ, ਆਪਣੇ ਉਸ ਡਾਟਾ ਨੂੰ ਉਹ ਫਿਰ ਵਾਚ ਕਰਦੇ ਹੈ, ਡਾਟੇ ਦੇ ਆਧਾਰ 'ਤੇ ਹੀ ਤੁਹਾਨੂੰ ਸਰਟੀਫਿਕੇਟ ਉਸਦਾ ਮਿਲਦਾ, ਜੋ ਕਿ ਮੈਂ ਹੁਣ ਤੱਕ 27-28 ਇੰਟਰਨੈਸ਼ਨਲ ਮੈਰਾਥਨਾਂ ਕਰ ਚੁੱਕਿਆ ਹੈ ਵਰਚੁਅਲੀ।
ਜੀ ਕੁੱਲ 175 ਮੈਰਾਥਨ ਜੀ ਕੁੱਲ ਜੀ ਮੇਰੀ ਹੁਣ ਤੱਕ 175 ਮੈਰਾਥਨ ਹੋ ਗਈ ਆ ਜੋ ਕਿ ਆਪਣਾ ਏਸ਼ੀਆ 'ਚ ਲਾ ਲਓ ਜਾਂ ਹੁਣ ਦੇਖੋ ਜੀ ਇੰਡੀਆ 'ਚ ਲਾ ਲਓ ਜਾਂ ਪੰਜਾਬ 'ਚ ਆਪਣਾ ਇੱਕ ਮੈਂ ਹੀ ਇਕਲੌਤਾ ਅਥਲੀਟ ਆ ਜਿਹੜਾ ਹਰ ਹਫ਼ਤੇ ਇੱਕ ਮੈਰਾਥਨ ਕਰ ਰਿਹਾ ਹੈ ਵਰਚੁਅਲੀ ਕਹਿ ਲਓ ਕੋਵਿਡ ਕਰਕੇ ਜਾਂ ਫਿਰ ਇੰਟਰ ਜਾਂ ਫਿਰ ਓਫੀਸ਼ੀਅਲੀ ਕਹਿ ਲਓ ਜੀ बंदा रह जाता है डिस्क विच प्रॉब्लम आन तो बाद पर हिम्मत नहीं हारी इस नौजवान ने दरकार है सिर्फ कि मैनू सरकार नौकरी दे दे क्योंकि एक मैडल जितने वाले कई बार नौकरी मिल जाती है इत्थे तां जे आपां तुसीं जिस तरह स्क्रीन ते देखिया मैडलों की खेप इकट्ठी कर दिती है हौसला बुलंद है गिनीज़ बुक दे विच जाना है ते जित के आना है इस अरमान दे नाल अवतार हुण तक डटिया होया है ये सारिया जानकारियां तुहानूं निरंतर मुहैया कराते रहेंगे फिलहाल इस वक्त तक दे लई डेली पोस्ट पंजाबी दे लई रूपनगर तो वरुण दे नाल गौरव राणा।